ਭਾਰਤ ਦੇਸ਼ ਵਿੱਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਗਊ ਮਾਤਾ ਦੀ ਸੇਵਾ ਵੀ ਉੱਤਮ ਮੰਨੀ ਗਈ ਹੈ ਅਤੇ ਕੇਂਦਰ ਸਰਕਾਰ ਵੱਲੋਂ ਗਊ ਮਾਤਾ ਨੂੰ ਬਚਾਉਣ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹੈ ਅਤੇ ਹਰ ਸ਼ਹਿਰ ਵਿੱਚ ਅਵਾਰਾ ਗਊਆਂ ਲਈ ਗਊਸ਼ਾਲਾ ਵੀ ਬਣਾਈਆਂ ਗਈਆਂ ਹੈ ਜਿੱਥੇ ਅਵਾਰਾ ਗਊਆਂ ਨੂੰ ਰੱਖਿਆ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਸ਼੍ਰੀ ਅੰਮ੍ਰਿਤਸਰ ਸ਼ਹਿਰ ਦੇ ਲੋਹਗੜ੍ਹ ਨਜ਼ਦੀਕ ਗਊਸ਼ਾਲਾ ਦੀ ਜਿੱਥੇ ਗਊਆਂ ਦੀ ਚੰਗੀ ਤਰ੍ਹਾਂ ਦੇਖ ਰੇਖ ਕੀਤੀ ਜਾਂਦੀ ਹੈ ਤੇ ਸਮੇਂ ਸਮੇਂ ਤੇ ਡਾਕਟਰਾਂ ਵੱਲੋਂ ਇਹਨਾਂ ਦੀ ਚੈਕਿੰਗ ਵੀ ਕੀਤੀ ਜਾਂਦੀ ਹੈ ਅਤੇ ਉੱਥੋਂ ਦੇ ਵਸਨੀਕ ਵੀ ਰੋਜ਼ਾਨਾ ਰੁਟੀਨ ਵਿੱਚ ਆ ਕੇ ਇਹਨਾਂ ਨੂੰ ਪੱਠੇ ਆਦਿ ਪਾਉਂਦੇ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇੱਥੇ ਆ ਕੇ ਗਊ ਮਾਤਾ ਦੀ ਸੇਵਾ ਕਰਦੇ ਹੈ। ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਪਿਛਲੇ ਕੁਝ ਕੁ ਦਿਨ ਪਹਿਲਾਂ ਕਿਸੇ ਨਿੱਜੀ ਅਖ਼ਬਾਰ ਦੇ ਪੱਤਰਕਾਰ ਵੱਲੋਂ ਖ਼ਬਰ ਛਾਪੀ ਗਈ ਸੀ ਕਿ ਇੱਥੇ ਮਾਂ ਰੂਪ ਮੰਨੀ ਜਾਣ ਵਾਲੀ ਗਊ ਮਾਤਾ ਦੀ ਸਹੀ ਪਰਵਰਿਸ਼ ਨਹੀਂ ਹੁੰਦੀ। ਉਹਨਾਂ ਨੇ ਅੱਗੇ ਬੋਲਦਿਆਂ ਕਿਹਾ ਉਹ ਖ਼ਬਰ ਇਕਦਮ ਗਲਤ ਸੀ ਜਦਕਿ ਇੱਥੇ ਹਰ ਪੱਖੋਂ ਗਊ ਮਾਤਾ ਦੀ ਸੇਵਾ ਕੀਤੀ ਜਾਂਦੀ ਹੈ। ਸਾਡੇ ਗਊਸ਼ਾਲਾ ਪ੍ਰੋਪਰ ਪ੍ਰਬੰਧ ਹੈਗਾ, ਸਾਡੇ 50 ਵਰਕਰ ਕੰਮ ਕਰਦੇ ਗਊਸ਼ਾਲਾ 'ਚ, ਸਫ਼ੀਆਂ 'ਚ ਕੰਮ ਹੋ ਰਿਹਾ ਹੈ, ਪੱਠਾ ਤੋੜੀ ਜ਼ਰੂਰਤ ਤੋਂ ਜ਼ਿਆਦਾ ਆਉਂਦਾ, ਅਸੀਂ ਬਾਹਰ ਦੂਸਰੀ ਗਊਸ਼ਾਲਾ ਨੂੰ ਭੇਜਦੇ ਹਾਂ ਔਰ ਜ਼ਖਮੀ ਗਊ ਹਟਵਾਉਂਦੀਆਂ ਨੇ, ਅਸੀਂ ਉਹਨਾਂ ਨੂੰ ਵੀ ਰਹਿੰਦੇ ਹਾਂ, ਚਾਹੇ ਕੋਈ ਮਹਿਤੇ ਤੋਂ ਫੋਨ ਕਰਦਾ ਚਾਹੇ ਕੋਈ ਬਿਆਸ ਤੋਂ ਫੋਨ ਕਰਦਾ ਜਾਂ ਨਾਲੇ ਦੇ ਫੋਨ ਕਰਦਾ, ਅਸੀਂ ਜ਼ਖਮੀ ਗਊ ਵਾਸਤੇ ਨਾਂ ਨਹੀਂ ਕਰਦੇ। ਤੁਹਾਡੇ ਦੇ ਉੱਪਰ ਇੱਕ ਸਵਾਲ ਵੀ ਕੀਤਾ ਗਿਆ ਸੀ ਜੀ ਕਿਸੇ ਨਿੱਜੀ ਅਖ਼ਬਾਰ ਦੇ ਵਿੱਚ ਕਿ ਜਿਹੜਾ ਗਊ ਜਿਹੜੀਆਂ ਜ਼ਖਮੀ ਗਊਆਂ ਵਾ ਉਹਦੇ ਉੱਪਰ ਪ੍ਰੋਪਰ ਢੰਗ ਦੇ ਨਾਲ ਉਹਦਾ ਇਲਾਜ ਨਹੀਂ ਕੀਤਾ ਜਾਂਦਾ, ਕੀ ਕਹਿਣਾ ਚਾਹੋਗੇ ਜੀ? ਜ਼ਖਮੀ ਗਊਆਂ ਦਾ ਇਲਾਜ ਬਿਲਕੁਲ ਪ੍ਰੋਪਰ ਢੰਗ ਨਾਲ ਕੀਤਾ ਜਾਂਦਾ, ਈਵਨ 2 ਪ੍ਰਾਈਵੇਟ ਡਾਕਟਰ ਅਸੀਂ ਰੱਖੇ ਹੋਏ ਆ ਜਿਹੜੇ ਡੇਲੀ ਆਉਂਦੇ ਨੇ ਇਲਾਜ ਕਰਦੇ ਨੇ, ਕੁਆਲੀਫਾਈਡ ਡਾਕਟਰ ਨੇ। ਗਊਸ਼ਾਲਾ ਇੱਥੇ ਕਾਫ਼ੀ ਤਾਦਾਦ ਵਿੱਚ ਗਊਆਂ ਇੱਥੇ ਨੇ ਅਤੇ ਇੱਥੋਂ ਦਾ ਮੈਨੇਜਮੈਂਟ ਠੀਕ ਹੈਗਾ ਆ, ਸੇਵਾ ਵਧੀਆ ਤਰੀਕੇ ਨਾਲ ਹੋ ਰਹੀ ਆ। ਅਸੀਂ ਇੱਥੇ ਬਿਮਾਰ ਗਾਵਾਂ ਦੇ ਕੋਲ ਆਏ ਹਾਂ, ਇੱਥੇ ਵੇਖਿਆ ਇੱਥੇ ਨਾ ਕੰਬਲ ਪਾਏ ਆ, ਸ਼ਾਲਾਂ ਪਾਈਆਂ ਨੇ ਇਹਨਾਂ ਨੂੰ, ਪਲੱਸ ਹੀਟਰ ਲਾਏ ਹੋਏ ਨੇ, ਖਾਣ ਪੀਣ ਦਾ ਇੱਥੇ ਠੀਕ ਆ, ਡਾਕਟਰ ਆਉਂਦੇ ਆ, ਡਾਕਟਰੀ ਸਹਾਇਤਾ ਚੰਗੇ ਤਰੀਕੇ ਨਾਲ ਹੋ ਰਹੀ ਆ। ਬਾਕੀ ਮੈਨੂੰ ਆਉਂਦਿਆਂ ਨੂੰ ਇੱਥੇ ਘੱਟ ਤੋਂ 7-8 ਸਾਲ ਹੋ ਚੁੱਕੇ ਆ ਜੀ, ਮੈਂ ਤਾਂ ਇੱਥੇ ਕਦੀ ਕੋਈ ਬੁਰਾਈ ਨਹੀਂ ਵੇਖੀ ਇੱਥੇ। ਇੱਕ ਸਪਸ਼ਟੀਕਰਨ ਲੱਗਾ ਹੈ ਕਿ ਜਿਹੜੀਆਂ ਗਊਆਂ ਜ਼ਖਮੀ ਹੁੰਦੀਆਂ ਵਾ ਉਹਨਾਂ ਦਾ ਪ੍ਰੋਪਰ ਤਰੀਕੇ ਦੇ ਨਾਲ ਇਲਾਜ ਨਹੀਂ ਕੀਤਾ ਜਾਂਦਾ, ਕੀ ਕਹਿਣਾ ਚਾਹੋਗੇ ਜੀ? ਜਿੱਥੇ ਗਊਆਂ ਇੰਨੀਆਂ ਹੈਗੀਆਂ ਨੇ ਕਿਸੇ ਵੇਲੇ ਲੜ ਪਈਆਂ ਹੋਣਗੀਆਂ, ਸੱਟ ਪਿੱਟ ਲੱਗ ਗਈ ਹੋਏਗੀ, ਦਵਾਈ ਦਾਰੂ ਵੀ ਉੱਥੇ ਹੁੰਦੀ ਆ ਜੀ, ਜੇ ਕੋਈ ਇਹਨਾਂ ਦੀ ਜਗ੍ਹਾ ਵੇਖ ਕੇ ਫੋਟੋ ਖਿੱਚ ਕੇ ਲਾ ਦੇ ਚੰਗੀ ਗੱਲ ਨਹੀਂ ਜੀ, ਬਾਕੀ ਦੇਖ ਲੈਣ ਪਹਿਲਾਂ ਵਧੀਆ ਤਰੀਕੇ ਨਾਲ ਪ੍ਰੋਪਰਲੀ ਇੱਥੇ ਸਭ ਕੁਝ ਹੋ ਰਿਹਾ ਵਾ, ਫਿਰ ਇੱਥੋਂ ਨਹੀਂ ਚਾਹੀਦਾ ਕਰਨਾ। ਤੁਹਾਨੂੰ 7-8 ਸਾਲ ਹੋ ਗਏ ਆ, ਤੁਹਾਨੂੰ ਕੀ ਲੱਗਦਾ ਵਾ ਕਿ ਇੱਥੇ ਜਿਹੜਾ ਇਹਨਾਂ ਦਾ ਦੇਖ ਰੇਖ ਆ ਸਹੀ ਢੰਗ ਨਾਲ ਹੁੰਦੀ ਆ? ਵਧੀਆ ਤਰੀਕੇ ਨਾਲ ਹੋ ਰਹੀ ਜੀ। ਅੰਮ੍ਰਿਤਸਰ ਤੋਂ ਹਨੀ ਮਹਿਰਾ, ਜੀਵੇ ਪੰਜਾਬ ਟੀਵੀ।